ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਰੂਪ, ਪਰਮ ਸਤਿਕਾਰ ਜੋ ਸਾਧ ਸੰਗਤ ਜੀਓ, ਅੱਜ ਅਰਦਾਸ ਆਪ ਜੀ ਦੇ ਚਰਨਾਂ ਦੇ ਵਿੱਚ। ਦਇਆ ਜੋ ਮੇਨ ਗੁਣ ਹੈ ਧਰਮ ਦਾ, ਇਹਦੀ ਅੱਗੇ ਦਰਗਾਹ ਦੇ ਵਿੱਚ ਮਹਿਮਾ ਕੀ ਆ, ਇਹਦਾ ਫਲ ਕੀ ਆ, ਇਹਦੇ ਉੱਤੇ ਆਪਣੇ ਵਿਚਾਰ ਰੱਖ ਰਿਹਾ ਹੈ। ਔਰ ਜਿਵੇਂ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਦੇ ਅੰਦਰ ਆਖਿਆ ਹੈ ਕਿ ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪੇ ਜਾਏ, ਕਿ ਕੱਚਿਆਂ ਅਤੇ ਪੱਕਿਆਂ ਦੀ ਪਹਿਚਾਣ ਅੰਦਰ ਦਰਗਾਹ ਦੇ ਵਿੱਚ ਹੁੰਦੀ ਆ, ਪਰ ਇਹ ਪਤਾ ਉਦੋਂ ਲੱਗਦਾ ਹੈ ਜਦੋਂ ਆਦਮੀ ਆਪਣਾ ਪੰਜ ਭੂਤਕ ਸਰੀਰ ਤਿਆਗ ਦਿੰਦਾ ਹੈ। ਜਦ ਤੱਕ ਪੰਜ ਭੂਤਕ ਸਰੀਰ ਨਹੀਂ ਤਿਆਗਦਾ ਤਦ ਤੱਕ ਇਹ ਅਸਲੀਅਤ ਸਾਹਮਣੇ ਨਹੀਂ ਆਉਂਦੀ। ਕਿਉਂਕਿ ਅਗਰ ਅਸੀਂ ਇਹ ਕਹਿ ਦਈਏ ਕਿ ਇੱਥੇ ਹੀ ਸਭ ਕੁਛ ਹੈ ਤਾਂ ਫਿਰ ਗੁਰਬਾਣੀ ਦੇ ਵਿੱਚ ਇਹ ਸਾਰਾ ਕੁਛ ਕਿਉਂ ਵਰਣਨ ਕੀਤਾ ਗਿਆ ਹੈ ਕਿ ਇਹ ਲੋਕ ਸੁਖੀਏ ਪਰਲੋਕ ਸਹੇਲੇ, ਭਾਵ ਕੀ ਹੈ, ਇਹ ਲੋਕ ਵੀ ਹੈ ਅਤੇ ਲੋਕ ਤੋਂ ਪਰੇ ਦਾ ਵੀ ਲੋਕ ਹੈ, ਜਿਹਦੇ ਵਾਸਤੇ ਦੁਨੀਆ ਜਾਣਦੀ ਨਾ ਜਾਣਦੀ ਹੋਈ ਵੀ ਇਸ ਗੱਲ ਦੀ ਤਾਂਘ ਰੱਖਦੀ ਹੈ। ਪਰ ਉਸ ਪਰਲੋਕ ਦੇ ਅੰਦਰ ਜੋ ਮੇਨ ਵਿਸ਼ੇਸ਼ ਗੁਣ ਧਰਮ ਦਾ ਹੈ ਉਹ ਹੈ ਦਇਆ। ਦਇਆ ਜੋ ਹੈ ਇਹ ਧਰਮ ਰੂਪੀ ਪੌਦੇ ਦਾ ਬੀਜ ਹੈ, ਜੋ ਬੀਜ ਹੈ ਇਹ ਦਇਆ ਹੀ ਹੈ, ਦਇਆ ਤੋਂ ਹੀ ਧਰਮ ਰੂਪੀ ਪੌਦਾ ਬਣਦਾ ਹੈ। ਫਿਰ ਇਸੇ ਦੇ ਵਿੱਚ ਦਇਆ ਤੋਂ ਹੀ ਫਿਰ ਹਿੰਮਤ ਆਉਂਦੀ ਆ, ਫਿਰ ਦ੍ਰਿੜਤਾ ਆਉਂਦੀ ਆ, ਫਿਰ ਆਦਮੀ ਸਾਫ ਬਣ ਜਾਂਦਾ। ਕਹਿਣ ਦਾ ਭਾਵ ਇਹ ਹੈ ਕਿ ਦਇਆ ਸਭ ਤੋਂ ਵਿਸ਼ੇਸ਼ ਗੁਣ ਹੈ। ਇਸੇ ਕਰਕੇ ਗੁਰਬਾਣੀ ਦੇ ਅੰਦਰ ਆਖਿਆ ਗਿਆ ਹੈ ਕਿ 68 ਤੀਰਥ ਸਗਲ ਪੁਣ ਜੀ ਦਇਆ ਪ੍ਰਵਾਨ। ਜੀਆਂ ਦੇ ਉੱਤੇ ਦਇਆ ਕਰਨ ਦੇ ਨਾਲ 68 ਤੀਰਥਾਂ ਦਾ ਫਲ ਸੁਭਾਵਕ ਹੀ ਪ੍ਰਾਪਤ ਹੋ ਜਾਂਦਾ ਹੈ। ਚਾਹੇ ਇਹ ਆਦਮੀ ਦਇਆ ਕਿਸੇ ਗਿਆਨ ਦੇ ਵਿੱਚ ਕਰ ਦੇਵੇ ਜਾਂ ਅਣਜਾਣ ਦੇ ਵਿੱਚ ਕਰ ਦੇਵੇ, ਇਹਦਾ ਫਲ ਅਵੱਸ਼ ਹੀ ਮਿਲ ਜਾਂਦਾ ਹੈ। ਸੋ ਇਸ ਤਰ੍ਹਾਂ ਦੀ ਇੱਕ ਬੜੀ ਹੀ ਵਿਚਿੱਤਰ ਘਟਨਾ ਦਾਸ ਆਪ ਜੀ ਦੇ ਚਰਨਾਂ 'ਚ ਰੱਖ ਰਿਹਾ ਹੈ। ਇਹ ਘਟਨਾ ਇੱਕ ਇਸ ਪ੍ਰਕਾਰ ਹੈ ਕਿ ਸੰਤ ਮਹਾਂਪੁਰਖ ਬਾਬਾ ਬਰਿਆਮ ਸਿੰਘ ਜੀ ਉਹਨਾਂ ਦੀ ਇੱਕ ਰਿਸ਼ਤੇਦਾਰ ਜੋ ਬੀਬੀ ਸੀਗੀ ਉਹ ਸਮਾਂ ਪਾ ਕੇ ਸੁਰਗਵਾਸ ਕਰ ਗਏ। ਜਦ ਸੁਰਗਵਾਸ ਕਰੀ ਤਾਂ ਸੰਤ ਵੀ ਆਪਣੇ ਘਰਦਿਆਂ ਦੇ ਨਾਲ ਉਹਦੇ ਕੋਲ ਪਹੁੰਚੇ, ਪਰ ਉਹ ਕੀ ਦੇਖਿਆ ਕਿ ਉੱਥੇ ਇੱਕ ਅਚਰਜ ਘਟਨਾ ਵਾਪਰੀ। ਉਹ ਬੀਬੀ ਮਰਨ ਤੋਂ ਬਾਅਦ ਫਿਰ ਦੁਬਾਰਾ ਜਿੰਦੀ ਹੋਈ। ਜਦੋਂ ਦੁਬਾਰਾ ਜਿੰਦੀ ਹੋ ਗਈ ਤਾਂ ਬੜੇ ਸਾਰੇ ਹੈਰਾਨ ਹੋਏ ਕਿ ਬੀਬੀ ਮਰਨ ਤੋਂ ਬਾਅਦ ਕਿਵੇਂ ਤੇ ਸਵਾਸ ਦੁਬਾਰਾ ਸਰੀਰ 'ਚ ਆ ਗਿਆ। ਪਰ ਕਿਉਂਕਿ ਮਹਾਂਪੁਰਖ ਉਹਦੇ ਵਾਸਤੇ ਜਾਣਦੇ ਸੀ, ਇਸ ਕਰਕੇ ਮਹਾਂਪੁਰਖ ਨੇ ਉਸਨੂੰ ਪੁੱਛ ਹੀ ਲਿਆ ਕਿ ਬੀਬੀ ਤੈਨੂੰ ਕੁਛ ਯਾਦ ਹੈ ਕਿ ਤੈਂ ਅੱਗੇ ਜਾ ਕੇ ਕੀ ਦੇਖਿਆ। ਤਾਂ ਬੀਬੀ ਨੇ ਬੜਾ ਹੀ ਅਚਰਜਮਈ ਜਵਾਬ ਦਿੱਤਾ। ਉਹ ਕਹਿਣ ਲੱਗੀ ਕਿ ਜਦੋਂ ਮੈਂ ਮਰੀ ਤਾਂ ਮੈਨੂੰ ਜਮਦੂਤ ਲੈ ਗਏ, ਇੱਕ ਐਸੀ ਜਗ੍ਹਾ 'ਤੇ ਲੈ ਗਏ ਕਿ ਜਿੱਥੇ ਜਾ ਕੇ ਉਹਨਾਂ ਨੇ ਮੈਨੂੰ ਛੱਡ ਦਿੱਤਾ। ਪਰ ਜਮਦੂਤਾਂ ਨੇ ਕਹਿੰਦੇ ਮੈਨੂੰ ਇੰਨਾ ਕੁੱਟਿਆ ਮਾਰਿਆ ਨਹੀਂ, ਉਹ ਇੱਥੋਂ ਹੀ ਕਹਿੰਦੀ ਮੇਰੀ ਰੂਹ ਨੂੰ ਜਾ ਕੇ ਇੱਕ ਨਦੀ ਦੇ ਕਿਨਾਰੇ ਉਹਨੇ ਮੈਨੂੰ ਛੱਡ ਦਿੱਤਾ। ਜਦ ਕਹਿੰਦੀ ਮੈਂ ਉਹ ਨਦੀ ਦੇਖੀ ਤਾਂ ਨਦੀ ਜਿਹੜੀ ਸੀਗੀ ਉਹ ਲਾਲ ਰੰਗ ਦੀ ਸੀ, ਇਉਂ ਲੱਗਦਾ ਸੀ ਜਿਵੇਂ ਇਹਦੇ ਵਿੱਚ ਖੂਨ ਚੱਲ ਰਿਹਾ ਹੋਵੇ, ਅਤੇ ਇਹਦੇ ਵਿੱਚ ਬੜੇ ਹੀ ਭਿਆਨਕ ਜਾਨਵਰ, ਮਗਰਮੱਛ ਅਤੇ ਹੋਰ ਬਹੁਤ ਤਰ੍ਹਾਂ ਦੇ ਜਾਨਵਰ ਜਿਹੜੇ ਸੀ ਉਹ ਮੂੰਹ ਅੱਡੀ ਖੜ੍ਹੇ ਸੀ। ਤਾਂ ਮੈਂ ਹੁਣ ਨਦੀ ਪਾਰ ਕਰਨੀ ਸੀ, ਮੈਂ ਬੜੀ ਹੈਰਾਨ ਹੋਈ ਵੀ ਜੇ ਨਦੀ ਦੇ ਵਿੱਚ ਮੈਂ ਡਿੱਗ ਪਈ ਇਹ ਜਾਨਵਰ ਜਿਹੜੇ ਸਾਰੇ ਮੂੰਹ ਅੱਡ ਕੇ ਮੇਰੇ ਵੱਲ ਦੇਖ ਰਹੇ ਖੜ੍ਹੇ ਆ, ਇਹ ਮੈਨੂੰ ਖਾ ਜਾਣਗੇ, ਇਹ ਕਿਹੋ ਜਿਹੀ ਜਗ੍ਹਾ ਜਿੱਥੇ ਮੈਂ ਪਹੁੰਚ ਗਈ ਹਾਂ। ਹਜੇ ਕਹਿੰਦੀ ਮੈਂ ਇਸੇ ਸੋਚ ਵਿੱਚ ਸੀਗੀ ਅਤੇ ਮੈਂ ਕੀ ਦੇਖਿਆ ਕਿ ਉੱਧਰੋਂ ਇੱਕ ਬਹੁਤ ਹੀ ਸੁੰਦਰ ਕੋਈ ਕੰਨਿਆ ਜਿਹੜੀ ਰਾਜਕੁਮਾਰੀ ਦੇ ਰੂਪ ਦੇ ਵਿੱਚ ਸੀ, ਜਿਹਨੇ ਮੁਕਟ ਵਗੈਰਾ ਲਾਇਆ ਹੋਇਆ ਸੀ, ਉਹ ਬੇੜੀ ਦੇ ਵਿੱਚ ਬੈਠ ਕੇ ਮੇਰੇ ਵੱਲ ਆ ਰਹੀ ਸੀ। ਜਦੋਂ ਕਹਿੰਦੀ ਉਹ ਮੇਰੇ ਕੋਲ ਆਈ ਤਾਂ ਉਹ ਮੈਨੂੰ ਕਹਿਣ ਲੱਗੀ ਕਿ ਬੀਬੀ ਤੁਸੀਂ ਇਸ ਬੇੜੀ 'ਤੇ ਸਵਾਰ ਹੋ ਜਾਓ, ਮੈਂ ਤੁਹਾਨੂੰ ਇਹ ਨਦੀ ਪਾਰ ਕਰਾ ਦਿੰਦੀ ਹਾਂ। ਕਹਿੰਦੀ ਮੈਂ ਬੜੀ ਹੈਰਾਨ ਹੋਈ, ਕਹਿੰਦੀ ਉਹਨੇ ਮੇਰਾ ਹੱਥ ਫੜਿਆ ਅਤੇ ਮੈਨੂੰ ਬੇੜੀ ਦੇ ਵਿੱਚ ਬਿਠਾਲ ਲਿਆ। ਜਦੋਂ ਕਹਿੰਦੀ ਬੇੜੀ ਉਹ ਪਾਰ ਕਰਾਉਂਦੀ ਕਰਾਉਂਦੀ ਮੈਨੂੰ ਕੰਢੇ 'ਤੇ ਲੈ ਕੇ ਗਈ, ਤਾਂ ਮੈਂ ਉਸ ਬੀਬੀ ਨੂੰ ਪੁੱਛਿਆ ਕਿ ਬੀਬੀ ਤੂੰ ਕੌਣ ਹੈ ਜਿਹਨੇ ਮੈਨੂੰ ਇਹ ਬੇੜੀ ਪਾਰ ਕਰਾਈ ਹੈ, ਇਹ ਨਦੀ ਪਾਰ ਕਰਾਈ ਹੈ।
ਤੇ ਫਿਰ ਉਹ ਕੰਨਿਆ ਕਹਿਣ ਲੱਗੀ ਕਿ ਬੀਬੀ ਜੀ ਤੁਸੀਂ ਮੈਨੂੰ ਨਹੀਂ ਜਾਣਦੇ ਪਰ ਮੈਂ ਤੁਹਾਨੂੰ ਜਾਣਦੀ ਹਾਂ। ਕਹਿੰਦੀ ਮੈਂ ਹੈਰਾਨ ਹੋ ਗਈ ਕਿ ਤੂੰ ਮੈਨੂੰ ਕਿਵੇਂ ਜਾਣਦੀ ਆ, ਮੈਂ ਤਾਂ ਤੈਨੂੰ ਅੱਗੇ ਕਦੀ ਜ਼ਿੰਦਗੀ ਵਿੱਚ ਦੇਖਿਆ ਨਹੀਂ, ਫਿਰ ਤੂੰ ਇੰਨੀ ਸੁੰਦਰ ਰਾਜਕੁਮਾਰੀ ਵਾਂਗੂ ਇਹ ਬੇੜੀ ਚਲਾ ਕੇ ਮੇਰੇ ਕੋਲ ਪਹੁੰਚੀ ਹੈ, ਅਸਲ ਦੇ ਵਿੱਚ ਤੂੰ ਕੌਣ ਹੈ? ਤਾਂ ਫਿਰ ਉਹ ਜੋ ਰੂਹ ਕੰਨਿਆ ਸੀਗੀ ਉਹ ਕਹਿਣ ਲੱਗੀ ਕਿ ਮੈਂ ਕੋਈ ਇਸ ਤਰ੍ਹਾਂ ਦੀ ਨਹੀਂ ਹਾਂ, ਮੈਂ ਤੇਰਾ ਪੁੰਨ ਹਾਂ, ਇਹ ਮੈਂ ਤੇਰਾ ਪੁੰਨ ਹੀ ਇਹ ਇਸਤਰੀ ਰੂਪ ਧਾਰ ਕੇ ਤੇਰੀ ਇਸ ਦਰਗਾਹ ਦੇ ਵਿੱਚ ਮਦਦ ਕਰਨ ਆਇਆ ਹਾਂ। ਕਹਿੰਦੀ ਮੈਂ ਬੜੀ ਹੈਰਾਨ ਹੋਈ ਕਿ ਅਗਰ ਤੂੰ ਮੇਰਾ ਪੁੰਨ ਹੈ ਤਾਂ ਜ਼ਿੰਦਗੀ ਵਿੱਚ ਮੈਂ ਤਾਂ ਕੋਈ ਇਸ ਤਰ੍ਹਾਂ ਦਾ ਪੁੰਨ ਦਾਨ ਕਦੀ ਜ਼ਿੰਦਗੀ 'ਚ ਕੀਤਾ ਨਹੀਂ, ਤੂੰ ਮੇਰਾ ਪੁੰਨ ਦਾਨ ਕਿਵੇਂ ਬਣ ਕੇ ਇਹ ਰੂਪ ਧਾਰ ਕੇ ਇਸਤਰੀ ਦਾ ਇਸ ਬੇੜੀ 'ਚ ਸਵਾਰ ਕਰਕੇ ਮੈਨੂੰ ਲੈ ਕੇ ਸਾਕਸ਼ਾਤ ਜਾ ਰਿਹਾ ਹੈ? ਤੋ ਫਿਰ ਜੋ ਬੇੜੀ 'ਤੇ ਸਵਾਰ ਉਹ ਦਿਵ ਮੂਰਤੀ ਸੀ, ਉਹ ਕਹਿਣ ਲੱਗੀ ਕਿ ਦਰਅਸਲ ਗੱਲ ਇਹ ਹੈ ਕਿ ਤੂੰ ਇੱਕ ਵਾਰ ਘਰ ਦੀ ਆਪਣੀ ਸਾਫ਼ ਸਫਾਈ ਕਰ ਰਹੀ ਸੀ ਅਤੇ ਤੈਂ ਦੇਖਿਆ ਕਿ ਬੱਚਿਆਂ ਨੇ ਇੱਕ ਚਿੜੀ ਦੀਆਂ ਲੱਤਾਂ ਬੰਨ੍ਹ ਕੇ ਉਸ ਨੂੰ ਧਾਗੇ ਨਾਲ ਪੂਰੀ ਤਰ੍ਹਾਂ ਬੰਨ੍ਹਿਆ ਹੋਇਆ ਸੀ, ਅਤੇ ਉਹ ਚਿੜੀ ਜਿਹੜੀ ਸੀ ਧਾਗਾ ਆਪਣੇ ਜ਼ੋਰ ਦੇ ਨਾਲ ਛਡਾ ਕੇ ਉੱਡ ਗਈ ਸੀ, ਪਰ ਉਹਦੇ ਉੱਡਦੇ ਉੱਡਦੇ ਉਹਦਾ ਧਾਗਾ ਥੋੜ੍ਹਾ ਲਮਕਦਾ ਰਹਿ ਗਿਆ ਸੀ। ਤੋ ਉੱਡਦੀ ਉੱਡਦੀ ਜਦੋਂ ਤੇਰੇ ਘਰ ਉੱਤੋਂ ਦੀ ਲੰਘਣ ਲੱਗੀ ਤਾਂ ਉਹ ਤੇਰੇ ਵਿਹੜੇ ਦੇ ਵਿੱਚ ਇੱਕ ਦਰੱਖਤ ਦੀ ਟਾਹਣੀ 'ਚ ਫਸ ਗਈ, ਤਾਂ ਉੱਥੋਂ ਚਿੜੀ ਚੀਂ ਚੀਂ ਕਰਨ ਲੱਗੀ। ਜਦ ਤੂੰ ਘਰ ਦੀ ਸਫਾਈ ਕਰਦੀਆਂ ਨੇ ਇਹ ਚੀਜ਼ ਦੇਖੀ ਕਿ ਚਿੜੀ ਧਾਗੇ ਦੇ ਨਾਲ ਬੰਨ੍ਹ ਕੇ ਕਿਸੇ ਦੇ ਬੜਾ ਹੀ ਕੋਈ ਜ਼ੁਲਮ ਕਰ ਦਿੱਤਾ ਹੈ, ਤੇਰੇ ਮਨ ਦੇ ਵਿੱਚ ਉਸ ਚਿੜੀ ਦੇ ਪ੍ਰਤੀ ਦਇਆ ਆਈ ਅਤੇ ਤੈਂ ਉੱਠ ਕੇ ਉਸ ਦਰੱਖਤ ਦੇ ਕੋਲ ਜਾ ਕੇ ਚਿੜੀ ਦਾ ਜੋ ਧਾਗਾ ਫਸਿਆ ਸੀ ਉਹਦੀਆਂ ਲੱਤਾਂ 'ਚੋਂ ਖੋਲ੍ਹ ਕੇ ਚਿੜੀ ਨੂੰ ਆਜ਼ਾਦ ਕਰ ਦਿੱਤਾ। ਬਸ ਉਹ ਜਿਹੜਾ ਤੈਂ ਪੁੰਨ ਕੀਤਾ ਉਹ ਮੈਂ ਹੀ ਹਾਂ ਜਿਹੜਾ ਤੈਨੂੰ ਇਸ ਜੋ ਬਹੁਤ ਭਿਆਨਕ ਨਦੀ ਆ ਜਿਹਦਾ ਜ਼ਿਕਰ ਗਰੜ ਪੁਰਾਣ ਦੇ ਵਿੱਚ ਵੀ ਆਉਂਦਾ ਹੈ ਅਤੇ ਮਹਾਂਪੁਰਖ ਵੀ ਉਸ ਨਦੀ ਦੇ ਬਾਬਤ ਦੱਸਦੇ ਹਨ, ਇਹ ਨਦੀ ਮੈਂ ਤੈਨੂੰ ਪਾਰ ਕਰਾ ਦਿੱਤੀ ਹੈ। ਅਤੇ ਕਹਿੰਦੀ ਉਸ ਤੋਂ ਬਾਅਦ ਮੈਂ ਬੜੀ ਹੈਰਾਨ ਹੋਈ ਪਰ ਛੇਤੀ ਹੀ ਮੇਰੀ ਜਿਹੜੀ ਸੁਰਤ ਸੀ ਦੁਬਾਰਾ ਸਰੀਰ ਦੇ ਵਿੱਚ ਆ ਗਈ, ਕਿਉਂਕਿ ਕਿਸੇ ਦੀ ਗੈਵੀ ਆਵਾਜ਼ ਆਈ ਕਿ ਇਹ ਬੀਬੀ ਨਹੀਂ ਸੀ ਚਾਹੀਦੀ, ਇਹਦੇ ਨਾਂ ਦੀ ਇੱਕ ਹੋਰ ਬੀਬੀ ਉਹ ਆਪਣਾ ਸਰੀਰ ਛੱਡ ਗਈ ਸੀ। ਅਤੇ ਕਹਿੰਦੀ ਫਿਰ ਮੈਂ ਦੁਬਾਰਾ ਆਪਣੇ ਸਰੀਰ ਦੇ ਵਿੱਚ ਪ੍ਰਵੇਸ਼ ਕਰ ਗਈ ਸੀ। ਇਹ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਇਹ ਜੋ ਘਟਨਾ ਮੇਰੇ ਨਾਲ ਮਰਨ ਤੋਂ ਬਾਅਦ ਹੋਈ ਸੀ ਉਹ ਨਦੀ 'ਚ ਹੋਈ ਸੀ, ਜਿਹੜੀ ਨਦੀ ਬੜੀ ਭਿਆਨਕ ਸੀ ਅਤੇ ਉੱਥੇ ਮੇਰਾ ਹੀ ਪੁੰਨ ਇੱਕ ਦੇਵੀ ਦਾ ਰੂਪ ਧਾਰ ਕੇ ਮੈਨੂੰ ਨਦੀ ਪਾਰ ਕਰਾ ਗਿਆ ਸੀ। ਇਹ ਗੱਲ ਸੰਤ ਬਾਬਾ ਬਰਿਆਮ ਸਿੰਘ ਹੁਣਾਂ ਨੇ ਵੀ ਭਰੀ ਸੰਗਤ ਦੇ ਵਿੱਚ ਸੁਣਾਈ ਸੀ। ਸੋ ਕਹਿਣ ਤੋਂ ਭਾਵ ਇਹ ਹੈ ਕਿ ਦਰਗਾਹ ਦੇ ਅੰਦਰ ਇੱਥੇ ਦੁਨੀਆ ਦੇ ਵਿੱਚ ਕੀਤੇ ਹੋਏ ਪੁੰਨ ਦਾਨ ਤਾਂ ਸਭ ਨੂੰ ਪਤਾ ਹੈ ਕਿ ਉਹਨਾਂ ਦਾ ਫਲ ਹੈ, ਪਰ ਇਹ ਪੁੰਨ ਦਾਨ ਕੀਤੇ ਹੋਏ ਜਮਦੂਤ ਜਿਹੜੇ ਹੈ ਉਹ ਰਸਤੇ ਦੇ ਵਿੱਚ ਹੀ ਜਮ ਲੋਕ ਮਾਰਗ ਦੇ ਵਿੱਚ ਹੀ ਆਦਮੀ ਕੋ ਖੋਹ ਲੈਂਦੇ ਹਨ, ਪਰ ਜੋ ਕਿਸੇ ਜਾਨਵਰ 'ਤੇ ਕਿਸੇ ਬੇਜਵਾਨ ਪਰਿੰਦੇ 'ਤੇ ਕੀਤੀ ਹੋਈ ਦਇਆ ਜੋ ਹੈ ਉਹ ਕਿਵੇਂ ਰੂਪ ਧਾਰ ਕੇ ਇਨਸਾਨ ਦੀ ਮਦਦ ਕਰਦੀ ਹੈ ਇਹ ਬੜੇ ਕਮਾਲ ਦਾ ਕ੍ਰਿਸ਼ਮਾ ਹੈ। ਇਸੇ ਹੀ ਕਰਕੇ ਗੁਰਬਾਣੀ ਦਾ ਧਰਮ ਦਾ ਜੋ ਮੇਨ ਪੌਦਾ ਹੈ ਉਹ ਦਇਆ ਤੋਂ ਹੀ ਸ਼ੁਰੂ ਹੁੰਦਾ ਹੈ। ਇਸੇ ਤਰ੍ਹਾਂ ਜਿਵੇਂ ਕਲਗੀਧਰ ਮਹਾਰਾਜ ਨੇ ਪੰਜ ਪਿਆਰੇ ਦਾ ਪਹਿਲਾ ਜੋ ਰੂਪ ਹੈ ਉਹ ਦਇਆ ਤੋਂ ਹੀ ਸ਼ੁਰੂ ਹੋਇਆ ਸੀ, ਉੱਥੋਂ ਫਿਰ ਧਰਮ ਫਿਰ ਹਿੰਮਤ ਫਿਰ ਮੋਕਮ ਫਿਰ ਸਾਹਿਬ ਸਿੰਘ ਪੈਦਾ ਹੋਏ ਸੀ। ਇਹ ਦਇਆ ਦੀ ਸਭ ਤੋਂ ਵੱਡੀ ਵਿਲੱਖਣਤਾ ਹੈ। ਦਇਆ ਦਾ ਗੁਣ ਸਿੱਖ ਦੇ ਵਿੱਚ ਨਿਮਰਤਾ ਪੈਦਾ ਕਰਦਾ ਹੈ, ਪਰਮੇਸ਼ਰ ਦੇ ਪ੍ਰਤੀ ਪਿਆਰ ਪੈਦਾ ਕਰਦਾ ਹੈ ਅਤੇ ਘੱਟ ਘੱਟ ਦੇ ਅੰਦਰ ਵਾਹਿਗੁਰੂ ਦਾ ਨਿਵਾਸ ਰੱਖਦਾ ਹੈ। ਇਸ ਕਰਕੇ ਦਇਆ ਹੀ ਸਭ ਤੋਂ ਵੱਡਾ ਗੁਣ ਹੈ, ਦਇਆ ਦੇ ਨਾਲ ਹੀ ਇਹ ਸਾਰੀ ਸ੍ਰਿਸ਼ਟੀ ਚੱਲਦੀ ਹੈ। ਇਹ ਦਇਆ ਦਾ ਕੀਤਾ ਹੋਇਆ ਛੋਟਾ ਜਿਹਾ ਪੁੰਨ ਵੀ 68 ਤੀਰਥਾਂ 'ਤੇ ਕੀਤੇ ਹੋਏ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਸੋ ਸਾਨੂੰ ਇਹ ਦਇਆ ਦਾ ਗੁਣ ਜਦੋਂ ਵੀ ਕਿਤੇ ਮੌਕਾ ਮਿਲੇ ਕਦੀ ਨਹੀਂ ਗਵਾਉਣਾ ਚਾਹੀਦਾ, ਕਿਉਂਕਿ ਇਹ ਗੁਣ ਮਹਾਤਮਾ ਬੁੱਧ ਦੇ ਵਿੱਚ ਵੀ ਸੀ। ਇਸੇ ਕਰਕੇ ਇਸ ਗੁਣ ਦੀ ਵਜ੍ਹਾ ਦੇ ਨਾਲ ਉਹ ਸਿਧਾਰਥ ਤੋਂ ਮਹਾਤਮਾ ਬੁੱਧ ਕਹਿਲਾਏ। ਕੋਈ ਵੀ ਪ੍ਰਾਣੀ ਜਿਨ੍ਹਾਂ ਦੇ ਅੰਦਰ ਦਇਆ ਹੈ ਉਹ ਵਾਹਿਗੁਰੂ ਤੱਕ
किसी ना किसी रूप दे विच पहुँच ही जाता है तो उसका रूप बन जाता है। सो इन्ने वचना करते हुए दास खिमा का जाचक है जी, हुई भुला चुकां की खिम बख्शनी जी, फतेह बुलाओ, वाहिगुरु जी का खालसा, वाहिगुरु जी की फतेह।